ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੁਲਵੰਤ ਸਿੰਘ ਡਾਕਟਰ ਕੁਲਵੰਤ ਸਿੰਘ ਚੱਬਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਰੋਨਾ ਨਾਂ ਦੇ ਡਾਕਟਰ ਕਿਵੇਂ ਬੜੇ ਹਸਪਤਾਲ ਹੈ ਕਿਵੇਂ ਲੁੱਟ ਪਾ ਰਹੇ ਆ। 15 ਤਰੀਕ ਸ਼ਾਮ ਨੂੰ ਅਸੀਂ ਪ੍ਰੀਤ ਉੱਪਰ ਡਾਕਟਰ ਗਏ, ਉਹ ਵੀ ਮੈਂ ਆਪਣੇ ਡੈਡੀ ਦੇ ਕਹਿਣ 'ਤੇ ਗਿਆ ਕਿ ਮੈਨੂੰ ਚੈਸਟ ਪੈਨ ਨੂੰ ਦਿਖਾਉਣ ਲੱਗ ਸੀ ਇਹਨੂੰ। ਮੈਂ ਡੈਡੀ ਨੂੰ ਇੱਕ ਗੱਲ ਕਹੀ, ਮੈਂ ਡੈਡੀ ਹਸਪਤਾਲ ਵਿੱਚ ਕਰੋਨਾ ਇਹਨਾਂ ਦੀ ਲੁੱਟ ਹੋ ਰਹੀ ਆ, ਮੈਂ ਤੁਹਾਨੂੰ ਲੈ ਕੇ ਨਹੀਂ ਜਾਣਾ, ਉੱਥੇ ਮਾਰ ਕੇ ਭੇਜ ਦਿੰਦੇ ਆ। ਇਹ ਗੱਲ ਆਪਣੀ ਮੰਮੀ ਨੂੰ ਦੱਸਿਆ, ਮੈਂ ਮੰਮੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਡੈਡੀ ਨੂੰ, ਪਰ ਡੈਡੀ ਮੇਰੇ ਨਾਰਾਜ਼ ਹੋ ਗਏ। ਜਿਸ ਕਰਕੇ ਮੈਂ ਡੈਡੀ ਨੂੰ ਡਾਕਟਰ ਪ੍ਰੀਤ ਉੱਪਰ ਹੁਸ਼ਿਆਰਪੁਰ ਲੈ ਕੇ ਗਿਆ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਲੰਧਰ ਹਸਪਤਾਲ ਲੈ ਜਾਓ। ਮੈਂ ਡਾਕਟਰ ਸਾਹਿਬ ਜਿਹੜਾ ਵੀ ਵਧੀਆ ਹਸਪਤਾਲ ਹੈ ਸਾਨੂੰ ਦੱਸ ਦਿਓ ਜੀ, ਉੱਥੇ ਲੈ ਜਾਂਦੇ ਹਾਂ। ਉਹ ਕਹਿੰਦੇ ਮਹਿੰਗਾ ਬਹੁਤ ਯਾਰ। ਮੈਂ ਕੋਈ ਗੱਲ ਨਹੀਂ ਜੀ, ਉਹਨਾਂ ਨੇ NHS ਹਸਪਤਾਲ ਭੇਜਿਆ ਜਿਹੜਾ ਕਿ ਕਪੂਰਥਲਾ ਰੋਡ 'ਤੇ ਆ। ਮੈਂ ਉੱਥੇ ਗਿਆ, ਮੈਂ ਚੈੱਕਅਪ ਕਰਾਉਣ ਗਿਆ ਸੀਗਾ, ਲੇਕਿਨ ਉਹਨਾਂ ਨੇ ਉੱਥੇ ਜਿਹੜੀ ਉਸ ਲਈ ਦਾਖਲ ਕਰ ਲਿਆ, ਐਮਰਜੈਂਸੀ 'ਚ ਪਾ ਲਿਆ। ਕੋਈ ਸ਼ਾਮ ਵੀ ਹੋਈ ਸੀਗੀ, ਮੈਨੂੰ ਕਹਿੰਦੇ 55,000 ਰੁਪਏ ਜਮ੍ਹਾਂ ਕਰਾ ਦਿਉ। ਮੈਂ ਉਸ ਲਈ ਉਹਨਾਂ ਦੇ ਪੈਸੇ ਜਮ੍ਹਾਂ ਕਰਾ ਦਿੱਤੇ ਅਕਾਊਂਟ 'ਚ। ਮੇਰੇ ਕੋਲ ਥੋੜ੍ਹਾ ਜਿਹਾ ਚੰਗੀ ਤਰ੍ਹਾਂ ਬੋਲ ਨਹੀਂ ਹੋ ਰਿਹਾ, ਪਰ ਮੈਂ ਤੁਹਾਨੂੰ ਦੱਸਣਾ ਲਾਜ਼ਮੀ ਚਾਹੁੰਦਾ ਹਾਂ ਕਿ ਜਿਵੇਂ ਸਾਡੇ ਬਜ਼ੁਰਗਾਂ ਨੂੰ ਮਾਰ ਰਹੇ ਆ, ਜਿਹਨਾਂ ਨੇ ਦਾਖਲ ਕਰ ਲਿਆ। ਜਦਕਿ ਰਿਪੋਰਟਾਂ ਜਿਹੜੀ ਕਰੋਨਾ ਰਿਪੋਰਟਾਂ ਮੇਰੇ ਕੋਲ ਹੁਣ ਵੀ ਪਈਆਂ, ਇੱਥੇ ਸਬੂਤ ਮੇਰੇ ਕੋਲ ਸਾਰੇ ਪਏ ਆ। ਆਹ ਰਿਪੋਰਟਾਂ ਪਈਆਂ, ਜਿਹੜੀ ਕਿ ਡੈਡੀ ਦੀ ਹੈ ਕਰੋਨਾ ਰਿਪੋਰਟ ਜਿਹੜੀ ਹੈਗੀ ਆ ਉਹ ਨੈਗੇਟਿਵ ਆਈ ਸੀਗੀ 15 ਤਰੀਕ ਨੂੰ ਜੀ। ਆਹ ਰਿਪੋਰਟਾਂ ਮੇਰੇ ਕੋਲ ਪਈਆਂ ਇਸ ਵੇਲੇ ਸਬੂਤ ਤੌਰ 'ਤੇ, ਕਰੋਨਾ ਰਿਪੋਰਟ ਬਿਲਕੁਲ ਨੈਗੇਟਿਵ ਆਈ ਸੀਗੀ। ਕਿਉਂਕਿ ਸਾਡਾ ਆਪਣਾ ਵੀ ਇੱਥੇ ਤੁਸੀਂ ਦੇਖ ਸਕਦੇ ਹਾਂ, ਅਸੀਂ ਸ਼੍ਰੀ ਗੁਰੂ ਨਾਨਕ ਮੋਦੀ ਖਾਨ ਲੈਬੋਰਟਰੀ ਖੋਲ੍ਹੀ ਆ, ਜਿਹ 'ਚ ਕਿ ਗਰੀਬਾਂ ਦੇ ਟੈਸਟ ਜਿਹੜੇ ਵਿਧਵਾ ਹੈਗੇ ਆ ਉਹ ਫ੍ਰੀ ਹੁੰਦੇ ਆ, ਵਿਧਵਾ ਦੇ ਟੈਸਟ। ਅਸੀਂ ਆਪਣੇ ਕੋਲ ਵੀ ਚੈੱਕ ਕੀਤਾ ਸੀਗਾ, ਕਰੋਨਾ ਨੈਗੇਟਿਵ ਆ ਰਿਹਾ ਸੀਗਾ। ਆਹ ਸਾਡੀ ਲੈਬੋਰਟਰੀ ਆ, ਸਭ ਤੋਂ ਪਹਿਲਾਂ ਅਸੀਂ ਕਰੋਨਾ ਆਪ ਚੈੱਕ ਕੀਤਾ ਕਰਾਇਆ ਸੀ ਇੱਥੇ, ਅਤੇ ਹੁਸ਼ਿਆਰਪੁਰ ਵੀ ਕਰਾਇਆ 15 ਤਰੀਕ ਨੂੰ ਜਾਣ ਲੱਗੇ COVID-19, ਜਿਹਦੀ ਰਿਪੋਰਟ 16 ਤਰੀਕ ਨੂੰ ਆਈ ਸੀ, ਨੈਗੇਟਿਵ ਆਈ ਸੀ। ਪਰ ਉਹਨਾਂ ਨੇ ਸਾਨੂੰ ਜਾਂਦਿਆਂ ਦੇ ਦਾਖਲ ਕਰ ਲਿਆ ਅਤੇ 55,000 ਰੁਪਏ ਉਹਨਾਂ ਨੂੰ ਜਮ੍ਹਾਂ ਕਰਾਉਣ ਨੂੰ ਕਿਹਾ। ਅਸੀਂ 55,000 ਰੁਪਏ ਉਹਨਾਂ ਨੂੰ ਜਮ੍ਹਾਂ ਕਰਾ ਦਿੱਤਾ ਉਸ ਟਾਈਮ ਹੀ। ਮੇਰੇ ਸਾਹਮਣੇ ਤਾਂ ਪੇਸ਼ੈਂਟ ਨੂੰ ਉਹਨਾਂ ਨੇ ਆਮ ਜਨਰਲ ਐਮਰਜੈਂਸੀ 'ਚ ਪਾ ਲਿਆ, ਲੇਕਿਨ ਮੈਂ ਭਰਾ ਮੇਰਾ ਕਹਿੰਦਾ ਤੁਸੀਂ ਘਰ ਚਲ ਜਾਓ, ਇੱਥੇ ਕਿਹੜਾ ਇੰਨੀ ਵੱਡੀ ਗੱਲ ਆ, ਡੈਡੀ ਬਿਲਕੁਲ ਠੀਕ ਆ। ਡੈਡੀ ਆਪ ਪੈਦਲ ਚੱਲ ਕੇ ਹਸਪਤਾਲ ਗਏ ਸੀਗੇ ਅਤੇ ਮੈਂ ਘਰ ਨੂੰ ਆ ਗਿਆ, 17 ਤਰੀਕ ਨੂੰ ਮੇਰੇ ਭਰਾ ਦਾ ਫੋਨ ਆਇਆ, ਕਹਿੰਦੇ ਭਾਅ ਜੀ ਇੱਦਾਂ ਆ ਕਿ ਡੈਡੀ ਨੂੰ ਕਰੋਨਾ ਵਾਰਡ ਸ਼ਿਫਟ ਕਰਤਾ ਉਹਨਾਂ ਨੇ। ਮੈਂ ਕਾਹਦੇ ਕਰਤਾ ਸ਼ਿਫਟ, ਉਹਨਾਂ ਨੇ ਕਰੋਨਾ ਜੋ ਨੈਗੇਟਿਵ ਆ। ਮੈਂ ਗੱਲ ਕਰਾਂ ਫੋਨ 'ਤੇ ਮੇਰੀ, ਇਹ ਡਾਕਟਰਾਂ ਨੇ ਮੇਰੀ ਫੋਨ 'ਤੇ ਕੋਈ ਗੱਲ ਨਹੀਂ ਸੁਣੀ, ਕਹਿੰਦੇ ਮੇਰੀ ਫੋਨ 'ਤੇ ਗੱਲ ਨਹੀਂ ਕਰਨੀ, ਜੋ ਕਰਨੀ ਇੱਥੇ ਆ ਕੇ ਕਰੋ। ਮੇਰੇ ਨਾਲ ਹੈਲੋ ਤੱਕ ਨਹੀਂ ਕੀਤੀ ਡਾਕਟਰਾਂ ਨੇ। ਚਲੋ 17 ਤਰੀਕ ਨੂੰ
16-15 ਨੂੰ ਅਸੀਂ ਗਏ ਸੀਗੇ, 16 ਨੂੰ ਸਾਨੂੰ ਮਿਲਣ ਨਹੀਂ ਦਿੱਤਾ ਇਹਨਾਂ ਨੇ, ਕੋਰੋਨਾ ਵਾਰਡ 'ਚ ਪਾ ਲਿਆ ਸੀਗਾ। 17-30 ਨੂੰ ਮੈਂ ਡੈਡੀ ਨੂੰ ਮਿਲਣ ਗਿਆ ਸੀਗਾ, ਡੈਡੀ ਕਹਿੰਦੇ ਮਰੀਜ਼ਾਂ ਨੂੰ ਕੁੱਟਦੇ ਆ ਇੱਥੇ। ਮੈਂ ਕਿਹਾ ਡੈਡੀ ਕਿਹਨੂੰ ਕੁੱਟਿਆ, ਤੁਹਾਨੂੰ ਨਹੀਂ ਹੱਥ ਲਾਇਆ? ਡੈਡੀ ਮੇਰੇ ਨੇ ਕਿਹਾ ਕਿ ਨਹੀਂ, ਮੈਨੂੰ ਹੱਥ ਵੀ ਨਹੀਂ ਲਾਇਆ, ਉਹ ਤਾਂ ਮੈਨੂੰ ਦਬਕਾ ਮਾਰਦੀ, ਮੇਰਾ ਮੂੰਹ ਸੁੱਕਿਆ ਹੋਇਆ ਪਾਣੀ ਨਾਲ ਰਾਤ ਦਾ, ਮੈਂ ਪਾਣੀ ਮੰਗੀ ਜਾਂਦਾ ਬੈਠਾ ਇੱਥੇ, ਪਰ ਕਿਸੇ ਨੇ ਮੈਨੂੰ ਪਾਣੀ ਨਹੀਂ ਦਿੱਤਾ। ਮੈਂ ਕਹਿੰਦੇ ਉਹ ਸਾਹਮਣੇ ਮਰੀਜ਼ ਨੂੰ ਕੁੱਟਿਆ, ਮੈਂ ਜਿਹੜੀ ਕੁੱਟਿਆ ਕਿਉਂ, ਕਹਿੰਦੇ ਉਹਨੂੰ ਮੂੰਹ ਤੋਂ ਮਾਸਕ ਉਤਾਰ ਦਿੱਤਾ ਸੀਗਾ। ਇਹੀ ਗੱਲ ਮੈਂ ਜਾ ਕੇ 17 ਨੂੰ ਡੈਡੀ ਤੋਂ ਸੁਣੀ ਸੀਗੀ, ਉਸਦੇ ਮੈਂ 17 ਨੂੰ ਥੱਲੇ ਉਤਰੇ ਹਾਂ ਪੌੜੀਆਂ ਤੋਂ, ਪਰ ਉੱਥੇ ਡਾਕਟਰ ਜੀ ਬੈਠਾ ਸੀ, ਵਨੀਤ ਮਹਾਜਨ ਉੱਦਾਂ ਨਹੀਂ ਬੈਠਾ ਸੀਗਾ, ਅਤੇ 18 ਨੂੰ ਬੈਠੇ ਸੀ ਉੱਥੇ। ਮੈਂ ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਗੱਲ ਕਰਨੀ, ਕਹਿੰਦੇ ਦੱਸੋ, ਮੈਂ ਦੱਸੋ ਉੱਪਰ ਪੇਸ਼ੈਂਟ ਨੂੰ ਕੁੱਟਦੇ ਆ ਕੀ ਗੱਲ ਆ? ਮੇਰੇ ਡੈਡੀ ਕਹਿੰਦੇ ਕੁੱਟਦੇ ਵੀ ਆ, ਦਬਕੇ ਮਾਰਦੇ ਆ, ਮੂੰਹ ਵੀ ਸੁੱਕਦਾ ਡੈਡੀ ਦਾ। ਮੈਨੂੰ ਕਹਿੰਦੇ ਤੁਹਾਡੇ ਪੇਸ਼ੈਂਟ ਦਾ ਨਾਮ ਕੀ ਆ? ਮੈਂ ਕਿਹਾ ਸੰਤੋਖ ਸਿੰਘ ਨਾਮ ਹੈ ਮੇਰੇ ਡੈਡੀ ਦਾ, ਅਤੇ ਉਹਨਾਂ ਨੂੰ ਬੈੱਡ ਨੰਬਰ ਦੱਸਿਆ, ਉਹਦੇ ਵਿੱਚ ਜੋ ਵੀ ਸੀਗਾ 50-28 ਇਸ ਕੁਛ ਇੱਦਾਂ ਸੀਗਾ, ਅਤੇ ਉਹ ਦਿੱਤਾ ਮੈਂ ਉਹਨਾਂ ਨੂੰ। ਮੈਨੂੰ ਕਹਿੰਦੇ ਤੁਸੀਂ 2 ਘੰਟੇ ਲਈ ਬਾਹਰ ਬੈਠ ਜਾਓ, ਤੁਹਾਨੂੰ ਫਿਰ ਦੱਸਦੇ ਆ ਤੁਹਾਡਾ ਡੈਡੀ ਦਾ ਕੀ ਹਾਲਤ ਆ। ਮੈਂ ਠੀਕ ਹੈ ਜੀ। ਮੈਂ ਅਸੀਂ 2 ਘੰਟੇ ਬਾਹਰ ਬੈਠੇ ਉਡੀਕ ਕਰਦੇ ਰਹੇ, ਵਨੀਤ ਮਹਾਜਨ ਡਾਕਟਰ ਆਇਆ ਉੱਥੋਂ ਉੱਪਰੋਂ ਥੱਲੇ, ਕਹਿੰਦਾ ਜੀ ਤੁਹਾਡੇ ਡੈਡੀ ਜਿਹੜੇ ਹੈਗੇ ਆ ਉਹ ਡਰੇ ਜ਼ਿਆਦਾ ਪਏ ਆ। ਮੈਂ ਕਿਹਾ ਕੋਈ ਨਹੀਂ, ਮੈਂ ਕਿਹਾ ਦੱਸ, ਕਹਿੰਦੇ ਤੁਸੀਂ ਜਾ ਕੇ ਜਾਂ ਤਸੱਲੀ ਦਿਓ ਉਹਨਾਂ ਨੂੰ। ਮੈਂ ਡੈਡੀ ਕੋਲ ਜਾ ਕੇ ਗਿਆ, ਮੈਂ ਡੈਡੀ ਕੀ ਗੱਲ ਹੋਈ? ਕਹਿੰਦੇ ਜਿਹੜਾ ਹੁਣ ਹੁਣ ਡਾਕਟਰ ਆਇਆ ਸੀ ਨਾ, ਉਹਨੇ ਮੈਨੂੰ ਇਹ ਕਿਹਾ ਕਿ ਇਹ ਬੋਲਦਾ ਬਹੁਤ, ਇਹਨੂੰ ਬੰਦ ਦਿਓ, ਕਿਉਂਕਿ ਮੈਂ ਵਨੀਤ ਮਹਾਜਨ ਨੂੰ ਜਾ ਕੇ ਕਹਿ ਦਿੱਤਾ ਸੀ ਅਸੀਂ ਮਰੀਜ਼ਾਂ ਨੂੰ ਕੁੱਟਦੇ ਗਾ ਤੇ ਉੱਪਰ। ਇਸ ਗੱਲ ਤੋਂ ਪਤਾ ਨਾਰਾਜ਼ ਹੋ ਗਏ, ਕਿਸ ਤਰ੍ਹਾਂ ਕਿਹਾ ਬੰਦ ਦਿਓ? ਅਤੇ ਡੈਡੀ ਕਹਿੰਦੇ ਮੈਨੂੰ ਇੱਥੋਂ ਲੈ ਜਾ, ਇਹਨਾਂ ਨੇ ਰਾਤ ਨੂੰ ਮੈਨੂੰ ਮਾਰ ਕੇ ਤੇਰੇ ਹੱਥ ਬੋਲੀ ਦੇਣੀ ਮੇਰੀ ਤੇਰੀ। ਮੈਂ ਕਿਹਾ ਡੈਡੀ ਨਹੀਂ ਕੁਛ ਨਹੀਂ ਹੁੰਦਾ। ਤੁਹਾਨੂੰ ਵਹਿਮ ਹੋ ਗਿਆ? ਡੈਡੀ ਕਹਿੰਦੇ ਨਹੀਂ, ਜੋ ਡਾਕਟਰ ਆ ਕੇ ਕਹਿ ਗਿਆ ਇਸ਼ਾਰੇ ਤਾਂ ਇਹਨੂੰ ਬੰਨ ਦਿਓ, ਇਹ ਬੋਲਦਾ ਬਹੁਤ ਆ। ਮੈਂ ਡੈਡੀ ਨੂੰ ਮੈਂ ਥੋੜ੍ਹਾ ਸਮਝਾਇਆ, ਮੇਰੇ ਤੋਂ ਮੈਂ ਕਿਹਾ ਇੱਦਾਂ ਕਰੋ ਜੀ, ਡੈਡੀ ਦੇ ਆਕਸੀਜਨ ਲਾਈ ਆ ਤੁਸੀਂ, ਮੈਂ ਡੈਡੀ ਦੀ ਆਕਸੀਜਨ ਬਿਲਕੁਲ ਸਹੀ ਆਉਂਦੀ ਪਈ ਸੀਗੀ, ਜਿਹੜੀ ਆਕਸੀਜਨ ਲਾਈ ਹੈ ਨਾ ਇਹ ਉਤਾਰੋ ਪਹਿਲਾਂ ਥੱਲੇ। ਨਰਸ ਉਸਦੇ ਨੱਟੀ ਨੱਟੀ ਆਈ, ਮੈਨੂੰ ਕਹੀ ਸਹਿਣ ਕਰੋ ਇੱਥੇ। ਮੈਂ ਕਿਹਾ ਆਕਸੀਜਨ ਡੈਡੀ ਸਹੀ ਆਉਂਦੀ ਪਈ ਸੀਗੀ, ਜਿਲ੍ਹੇ ਆਏ ਤਾਂ ਉਸਦੇ ਵੀ ਆਕਸੀਜਨ ਸਹੀ ਸੀਗੀ, ਤੁਸੀਂ ਇਹਨੂੰ ਉਤਾਰ ਕੇ ਦਿਖਾ ਲਓ। ਪਰ ਉਹ ਜਿਹੜੇ ਸਹਿਣ ਕਰਾਉਣ ਚੱਕਰ 'ਚ ਪਾਇਆ ਮੈਨੂੰ, ਮੈਨੂੰ ਦਿਮਾਗ 'ਚ ਨਿਕਲ ਗਿਆ ਕਿ ਮੈਂ ਡੈਡੀ ਨੂੰ ਕਿਹਾ ਸੀ ਆਕਸੀਜਨ ਉਤਾਰਨ ਲਈ ਕਿਹਾ ਸੀਗਾ ਨਰਸਾਂ ਨੂੰ, ਉਹ ਵੀ ਮੈਂ ਰਹਿਣ 'ਤੇ ਇੱਦਾਂ, ਮੈਂ ਇੱਦਾਂ ਹੀ ਮੈਂ ਸੋਚਦਾ ਉਸਦਾ ਬਾਹਰ ਨੂੰ ਆ ਗਿਆ। ਮੈਨੂੰ ਜਿਹੜੇ ਮੇਰੇ ਫੋਨ 'ਤੇ ਫਿਰ ਫੋਨ ਆਇਆ ਡੈਡੀ ਦਾ, ਕਹਿੰਦੇ ਕੁਲਵੰਤ ਮੈਨੂੰ ਇੱਕ ਵਾਰੀ ਘਰ ਵੀਡੀਓ ਕਾਲ ਕਰਾਇਆ। ਮੈਂ ਵਾਪਸ ਆਇਆ, ਮੈਂ ਡੈਡੀ ਨੂੰ ਆਪਣੇ ਘਰ ਵੀਡੀਓ ਕਾਲ ਕਰਾਈ। ਡੈਡੀ ਨੇ ਵੀਡੀਓ ਕਾਲ 'ਤੇ ਸਾਡੀ ਸਾਰੀ ਜਿਹੜੀ ਫੈਮਿਲੀ ਆ ਉਹਨੂੰ ਬਸ ਇੱਦਾਂ ਹੀ ਬਾਏ ਬਾਏ ਕੀਤੀ। ਮੈਨੂੰ ਆਉਣ ਲੱਗੇ ਫਿਰ ਕਹਿੰਦੇ ਕੁਲਵੰਤ ਕੱਲ ਨੂੰ ਪਛਤਾਵਾ ਰਹਿਣਾ, ਤੈਨੂੰ ਮੇਰੀ ਲਾਸ਼ ਹੀ ਦੇਣੀ ਇਹਨਾਂ ਨੇ। ਮੈਂ ਵੀਡੀਓ ਕਾਲ 'ਤੇ ਗੱਲ ਕਰਾ ਕੇ ਆ ਗਿਆ ਬਾਹਰ ਨੂੰ। ਰਾਤ ਨੂੰ ਇਹਨਾਂ ਡਾਕਟਰਾਂ ਦਾ ਡਰਾਮਾ ਸ਼ੁਰੂ ਹੋ ਗਿਆ, ਕਦੇ ਆਕਸੀਜਨ ਘੱਟ ਗਈ, ਕਦੇ ਕੁਛ, ਕਦੇ ਅਸੀਂ ਵੈਂਟੀਲੇਟਰ ਲਾਉਣ ਲੱਗੇ ਆ। ਅਖੀਰ 'ਚ ਇਹਨਾਂ ਨੇ ਕਹਿ ਦਿੱਤਾ ਡੈਡੀ ਦਾ ਜੀ ਹਾਰਟ ਫੇਲ ਹੋ ਗਿਆ ਜੀ, ਉਹ ਪੂਰੇ ਹੋ ਗਏ ਆ। 11:30 ਇਹਨਾਂ ਨੇ ਡਰਾਮਾ ਖਤਮ ਕਰਤਾ। ਮੇਰੇ ਵੀਰੋ, ਮੈਂ ਤੁਹਾਨੂੰ ਕਹਿੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਜੇ ਲੋਕਾਂ ਨੂੰ ਪਤਾ ਲੱਗੇ ਕਰੋਨਾ ਨਾ ਤਾਂ ਲੁੱਟ ਮਚਾ ਰਹੇ ਆ, ਕੁਛ ਨਹੀਂ ਹੈ ਕਰੋਨਾ ਇੰਨੀ ਵੱਡੀ ਆ, ਇਹ ਆਮ ਜ਼ੁਕਾਮ ਬੁਖਾਰ ਹੈ ਕਈ ਆ, ਲੋਕੀ ਆਮ ਵੀ ਘਰ ਰਹਿ ਕੇ ਠੀਕ ਹੋ ਰਹੇ ਆ, ਲੇਕਿਨ ਜਿਹੜੇ ਪ੍ਰਾਈਵੇਟ ਹਸਪਤਾਲ ਆਏ ਆ ਲੁੱਟ ਮਚਾਈ ਹੋਈ ਆ। ਆ ਪਰਮਾਤਮਾ ਦੀ ਕਸਮ ਖਾ ਕੇ ਕਹਿੰਦਾ, ਮੈਂ ਇੱਕ ਵੀ ਸ਼ਬਦ ਮੈਂ ਆਪਣੇ ਕੋਲ ਲਾ ਕੇ ਗਿਆ ਹੋਵੇ
ਮੈਂ ਪਾਪਾ ਭਾਗੀ ਹੋਵਾਂ। ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ। ਜਿਹੜਾ NSS ਹਸਪਤਾਲ, ਜਿਹੜਾ ਨਾਸਾ ਵਾਲਾ ਜਲੰਧਰ ਕਪੂਰਥਲਾ ਰੋਡ ਤੇ ਆ, ਇਹ ਬਿਲਕੁਲ ਲੁਟੇਰੇ ਆ, ਲੋਕਾਂ ਨੂੰ ਲੁੱਟ ਰਹੇ ਆ ਤੇ ਮਾਰ ਕੇ ਭੇਜ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਫਤਿਹ। ਇਸ ਵੀਡੀਓ ਸ਼ੇਅਰ ਜ਼ਰੂਰ ਕਰਨਾ।